ਫੜੀ ਗਈ ਤੁਹਾਡੇ ਮੁੰਡਿਆਂ ਨੂੰ ਨਸ਼ਾ ਵੇਚਣ ਵਾਲੀ ਔਰਤ। ਧਿਆਨ ਨਾਲ ਦੇਖੋ ਇਸ ਔਰਤ ਨੂੰ, ਇਹ ਉਹੀ ਔਰਤ ਹੈ ਜੋ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਰਹੀ ਹੈ, ਪੰਜਾਬ ਦੀ ਜਵਾਨੀ ਨੂੰ ਖੋਖਲਾ ਕਰ ਰਹੀ ਹੈ। ਤਾਂ ਚਿੱਟਾ ਵੇਚਿਆ ਇਸਨੇ, ਜਿਸ ਤੋਂ ਬਾਅਦ ਚਿੱਟਾ ਸਪਲਾਈ ਕਰਨ ਆਈ ਸੀ ਲਗਾਤਾਰ। ਇਸ ਦੀ ਭੈਣ ਵੀ ਪਹਿਲਾਂ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ, ਉਹ ਵੀ ਚਿੱਟਾ ਵੇਚਦੀ ਸੀ। ਤਾਂ ਦੋਨੇ ਭੈਣਾਂ ਰਲ ਕੇ ਚਿੱਟਾ ਵੇਚਦੀਆਂ ਸੀ। ਇੱਕ ਭੈਣ ਫੜੀ ਗਈ, ਫਿਰ ਵੀ ਦੂਜੀ ਭੈਣ ਨਹੀਂ ਡਰੀ, ਉਸਨੇ ਆਪਣਾ ਇਹ ਗਲਤ ਧੰਦਾ ਚਾਲੂ ਰੱਖਿਆ, ਲੋਕਾਂ ਨੂੰ ਚਿੱਟਾ ਵੇਚਣਾ ਚਾਲੂ ਰੱਖਿਆ। ਅਤੇ ਅੱਜ ਵੀ ਇਹ 100 ਗ੍ਰਾਮ ਚਿੱਟੇ ਸਮੇਤ ਫੜੀ ਗਈ ਹੈ। ਦਰਅਸਲ ਇਹ ਚਿੱਟਾ ਸਪਲਾਈ ਕਰਨ ਆਈ ਸੀ, ਜਿਸ ਨੂੰ ਮੌਕੇ 'ਤੇ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਤਾਂ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਮੋਹਾਲੀ ਦੀਆਂ, ਜਿੱਥੇ ਫੇਸ 9 ਦੇ ਵਿੱਚ ਇੱਕ ਮਹਿਲਾ ਨੂੰ 100 ਗ੍ਰਾਮ ਚਿੱਟੇ ਸਮੇਤ ਕਾਬੂ ਕੀਤਾ ਗਿਆ। ਇਹ ਦਰਅਸਲ ਮਹਿਲਾ 11 ਫੇਸ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ। ਪਹਿਲਾਂ ਵੀ ਇਸ 'ਤੇ ਕਈ ਮੁਕੱਦਮੇ ਦਰਜ ਨੇ, ਜ਼ੀਰਕਪੁਰ ਵਿਖੇ ਵੀ ਇਸ 'ਤੇ ਇੱਕ ਮੁਕੱਦਮਾ ਦਰਜ ਹੈ। ਅਤੇ ਇਸ ਦੀ ਭੈਣ ਪਹਿਲਾਂ ਤੋਂ ਹੀ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ। ਦੋਨੇ ਭੈਣਾਂ ਰਲ ਕੇ ਚਿੱਟਾ ਵੇਚਦੀਆਂ ਸੀ, ਇੰਝ ਲੱਗਦਾ ਹੈ ਕਿ ਇਹਨਾਂ ਨੂੰ ਕਾਨੂੰਨ ਦਾ ਖੌਫ ਹੀ ਨਾ ਹੋਵੇ, ਕਿਉਂਕਿ ਪਹਿਲਾਂ ਵੀ ਇਸ ਦੀ ਜਿਹੜੀ ਭੈਣ ਹੈ ਉਹ ਗ੍ਰਿਫਤ ਦੇ ਵਿੱਚ ਹੈ। ਤਾਂ ਵੀ ਇਸ ਨੂੰ ਡਰ ਨਹੀਂ ਲੱਗਿਆ ਕਿ ਇਹ ਵੀ ਗ੍ਰਿਫਤਾਰ ਹੋ ਸਕਦੀ ਹੈ। ਇਸਨੇ ਆਪਣਾ ਧੰਦਾ ਨਹੀਂ ਛੱਡਿਆ, ਚਿੱਟਾ ਵੇਚਦੀ ਰਹੀ। ਅਤੇ ਕੱਲ੍ਹ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਗੁਪਤ, ਜਿਸ ਤੋਂ ਬਾਅਦ ਪੁਲਿਸ ਨੇ ਟਰੈਪ ਲਗਾਇਆ ਅਤੇ ਇਸ ਮਹਿਲਾ ਨੂੰ 100 ਗ੍ਰਾਮ ਚਿੱਟੇ ਸਮੇਤ ਕਾਬੂ ਕਰ ਲਿਆ। ਇਸ ਉੱਪਰ DSP ਦਾ ਕੀ ਕਹਿਣਾ ਹੈ, ਆਓ ਜਾਣਦੇ। ਇਹ ਤਰਨਪ੍ਰੀਤ ਕੌਰ ਉਰਫ ਗੁੜੀਆ ਹੈ, 11 ਫੇਸ ਦੀ ਹੈ। ਅਤੇ ਇਹਦੇ ਕੋਲ ਅਸੀਂ ਮਤਲਬ ASI ਸਤਿੰਦਰਪਾਲ ਸਿੰਘ ਨੇ PCA ਸਟੇਡੀਅਮ ਦੇ ਬੈਕਸਾਈਡ ਤੋਂ ਆਪਣੇ 100 ਗ੍ਰਾਮ ਚਿੱਟਾ ਬਰਾਮਦ ਹੋਇਆ ਉਹਦੇ ਕੋਲ। ਹਾਂ, ਇਹਦੀ ਜਿਹੜੀ ਰੀਅਲ ਸਿਸਟਰ ਹੈ, ਇਹਨੂੰ ਪਹਿਲਾਂ ਖੁਸ਼ੀ ਨੂੰ ਵੀ ਅਸੀਂ ਪਹਿਲਾਂ 11 ਫੇਸ 'ਚ ਫੜਿਆ ਸੀਗਾ। ਇਹਦੀ ਜਿਹੜੀ ਉਹ ਰੀਅਲ ਸਿਸਟਰ ਹੈ, ਅਤੇ ਹੁਣ ਇਹਦੇ 'ਤੇ ਇੱਕ ਅੱਧਾ ਮੁਕੱਦਮਾ ਐਂਟੀਸਟੈਂਟਸ ਵੈਰੀਫਾਈ ਕਰਨ 'ਤੇ ਇੱਕ ਜ਼ੀਰਕਪੁਰ ਵੀ ਮੁਕੱਦਮਾ ਹੋਇਆ ਹੋਇਆ। ਅਤੇ ਹੁਣ ਅਸੀਂ 8 ਫੇਸ ਦੇ ਵਿੱਚ 29 ਨੰਬਰ FIR ਦਿੱਤੀ ਹੈ, 2168। ਇਹ ਹਾਂਜੀ, ਇਹਦੀ ਬੈਂਕ ਲਿੰਕੇਜ ਨੂੰ ਅਸੀਂ ਕਰਦੇ ਹੋਏ ਇਹ ਬੇਸਿਕਲੀ ਅੰਮ੍ਰਿਤਸਰ ਤੋਂ ਲੈ ਕੇ ਆਈ, ਅਸੀਂ ਇਹ ਵੀ ਵੈਰੀਫਾਈ ਕਰ ਰਹੇ ਹਾਂ ਵੀ ਕਿਹਦੇ ਲਈ ਇਹਨੇ ਇਹ ਕੰਮ ਕਰਦੀ ਹੈ। ਇਹਦੀ ਅਜੇ ਡਿਟੇਲਿੰਗ ਦੇ ਵਿੱਚ ਤੁਹਾਨੂੰ ਅਸੀਂ ਦੱਸਾਂਗੇ, ਫਿਰ ਵੀ ਜਿਹੜੀ ਹੈਗੀ ਹੈ ਤਾਂ ਅਸੀਂ ਜਦੋਂ ਡੋਪ ਟੈਸਟ ਕਰਾਇਆ ਤਾਂ ਇਹ ਵੀ ਪੋਜ਼ਿਟਿਵ ਆਈ ਸੀ। ਇਹ ਸਾਰੀ ਤੁਹਾਨੂੰ ਡਿਟੇਲਿੰਗ ਅਸੀਂ ਆਪਣੇ ਵੱਖਰੇ ਪ੍ਰੈਸ ਨੋਟ 'ਚ ਦੇ ਦਾਂਗੇ। ਹਾਂਜੀ, FIR ਦਰਜ ਕਰਕੇ ਉਹਨੂੰ ਅਦਾਲਤ 'ਚ 2 ਦਿਨ ਦਾ ਰਿਮਾਂਡ ਹੈ। ਫੜੀ ਗਈ ਤੁਹਾਡੇ ਮੁੰਡਿਆਂ ਨੂੰ ਨਸ਼ਾ ਵੇਚਣ ਵਾਲੀ ਔਰਤ। ਧਿਆਨ ਨਾਲ ਦੇਖੋ ਇਸ ਔਰਤ ਨੂੰ, ਇਹ ਉਹੀ ਔਰਤ ਹੈ ਜੋ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਰਹੀ ਹੈ, ਪੰਜਾਬ ਦੀ ਜਵਾਨੀ ਨੂੰ ਖੋਖਲਾ ਕਰ ਰਹੀ ਹੈ। ਤਾਂ ਚਿੱਟਾ ਵੇਚਿਆ ਇਸਨੇ, ਜਿਸ ਤੋਂ ਬਾਅਦ ਚਿੱਟਾ ਸਪਲਾਈ ਕਰਨ ਆਈ ਸੀ ਲਗਾਤਾਰ। ਇਸ ਦੀ ਭੈਣ ਵੀ ਪਹਿਲਾਂ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ, ਉਹ ਵੀ ਚਿੱਟਾ ਵੇਚਦੀ ਸੀ। ਤਾਂ ਦੋਨੇ ਭੈਣਾਂ ਰਲ ਕੇ ਚਿੱਟਾ ਵੇਚਦੀਆਂ ਸੀ। ਇੱਕ ਭੈਣ ਫੜੀ ਗਈ, ਫਿਰ ਵੀ ਦੂਜੀ ਭੈਣ ਨਹੀਂ ਡਰੀ, ਉਸਨੇ ਆਪਣਾ ਇਹ ਗਲਤ ਧੰਦਾ ਚਾਲੂ ਰੱਖਿਆ, ਲੋਕਾਂ ਨੂੰ ਚਿੱਟਾ ਵੇਚਣਾ ਚਾਲੂ ਰੱਖਿਆ। ਅਤੇ ਅੱਜ ਵੀ ਇਹ 100 ਗ੍ਰਾਮ ਚਿੱਟੇ ਸਮੇਤ ਫੜੀ ਗਈ ਹੈ। ਦਰਅਸਲ ਇਹ ਚਿੱਟਾ ਸਪਲਾਈ ਕਰਨ ਆਈ ਸੀ, ਜਿਸ ਨੂੰ ਮੌਕੇ 'ਤੇ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਤਾਂ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਮੋਹਾਲੀ ਦੀਆਂ, ਜਿੱਥੇ ਫੇਸ 9 ਦੇ ਵਿੱਚ ਇੱਕ ਮਹਿਲਾ ਨੂੰ 100 ਗ੍ਰਾਮ ਚਿੱਟੇ ਸਮੇਤ ਕਾਬੂ ਕੀਤਾ ਗਿਆ। ਇਹ ਦਰਅਸਲ ਮਹਿਲਾ 11 ਫੇਸ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ। ਪਹਿਲਾਂ ਵੀ ਇਸ 'ਤੇ
ਕਈ ਮੁਕੱਦਮੇ ਦਰਜ ਨੇ। ਜ਼ਿਰਕਪੁਰ ਵਿਖੇ ਵੀ ਇਸ ਤੇ ਇੱਕ ਮੁਕੱਦਮਾ ਦਰਜ ਹੈ ਤੇ ਇਸ ਦੀ ਭੈਣ ਪਹਿਲਾਂ ਤੋਂ ਹੀ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ। ਦੋਨੇ ਭੈਣਾਂ ਰਲ ਕੇ ਚਿੱਟਾ ਵੇਚਦੀਆਂ ਸੀ। ਇੰਝ ਲੱਗਦਾ ਹੈ ਕਿ ਇਹਨਾਂ ਨੂੰ ਕਾਨੂੰਨ ਦਾ ਖੌਫ ਹੀ ਨਾ ਹੋਵੇ, ਕਿਉਂਕਿ ਪਹਿਲਾਂ ਵੀ ਇਸ ਦੀ ਜਿਹੜੀ ਭੈਣ ਹੈ ਉਹ ਗ੍ਰਿਫਤ ਦੇ ਵਿੱਚ ਹੈ, ਤਾਂ ਵੀ ਇਸ ਨੂੰ ਡਰ ਨਹੀਂ ਲੱਗਿਆ ਕਿ ਇਹ ਵੀ ਗ੍ਰਿਫਤਾਰ ਹੋ ਸਕਦੀ ਹੈ। ਇਸ ਨੇ ਆਪਣਾ ਧੰਦਾ ਨਹੀਂ ਛੱਡਿਆ, ਚਿੱਟਾ ਵੇਚਦੀ ਰਹੀ ਤੇ ਕੱਲ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਗੁਪਤ, ਜਿਸ ਤੋਂ ਬਾਅਦ ਪੁਲਿਸ ਨੇ ਟਰੈਪ ਲਗਾਇਆ ਅਤੇ ਇਸ ਮਹਿਲਾ ਨੂੰ 100 ਗ੍ਰਾਮ ਚਿੱਟੇ ਸਮੇਤ ਕਾਬੂ ਕਰ ਲਿਆ। ਇਸ ਉੱਪਰ DSP ਦਾ ਕੀ ਕਹਿਣਾ ਹੈ, ਆਓ ਜਾਣੀਏ। ਇਹ ਤਰਨਪ੍ਰੀਤ ਕੌਰ ਉਰਫ ਗੁੜੀਆ ਹੈ, 11 ਫੇਸ ਦੀ ਹੈ ਤੇ ਇਹਦੇ ਕੋਲ ਅਸੀਂ ਮਤਲਬ ASI ਸਤਿੰਦਰ ਸਿੰਘ ਨੇ, ਸਤਿੰਦਰਪਾਲ ਸਿੰਘ ਨੇ PCA ਸਟੇਡੀਅਮ ਦੇ ਬੈਕ ਸਾਈਡ ਤੋਂ ਆਪਣੇ 100 ਗ੍ਰਾਮ ਚਿੱਟਾ ਬਰਾਮਦ ਹੋਇਆ ਉਹਦੇ ਕੋਲ। ਹਾਂ, ਇਹਦੀ ਜਿਹੜੀ ਰੀਅਲ ਸਿਸਟਰ ਹੈ, ਇਹਨੂੰ ਪਹਿਲਾਂ ਖੁਸ਼ੀ ਨੂੰ ਵੀ ਅਸੀਂ ਪਹਿਲਾਂ 11 ਫੇਸ 'ਚ ਫੜਿਆ ਸੀਗਾ। ਇਹਦੀ ਜਿਹੜੀ ਉਹ ਰੀਅਲ ਸਿਸਟਰ ਹੈ ਅਤੇ ਹੁਣ ਇਹਦੇ 'ਤੇ ਇੱਕ ਅੱਧਾ ਮੁਕੱਦਮਾ ਐਂਟੀਸੀਡੈਂਟਸ ਵੈਰੀਫਾਈ ਕਰਨ 'ਤੇ ਇੱਕ ਜ਼ੀਰਕਪੁਰ ਵੀ ਮੁਕੱਦਮਾ ਹੋਇਆ ਹੋਇਆ ਅਤੇ ਹੁਣ ਅਸੀਂ 8 ਫੇਸ ਦੇ ਵਿੱਚ 29 ਨੰਬਰ FIR ਦਿੱਤੀ ਹੈ 2168। ਇਹ ਹਾਂਜੀ, ਇਹਦੀ ਬੈਂਕ ਲਿੰਕੇਜ ਨੂੰ ਅਸੀਂ ਕਰਦੇ ਹੋਏ ਇਹ ਬੇਸਿਕਲੀ ਅੰਮ੍ਰਿਤਸਰ ਤੋਂ ਲੈ ਕੇ ਆਈ, ਅਸੀਂ ਇਹ ਵੀ ਵੈਰੀਫਾਈ ਕਰ ਰਹੇ ਹਾਂ ਵੀ ਕਿਹਦੇ ਲਈ ਇਹਨੇ ਇਹ ਕੰਮ ਕਰਦੀ ਹੈ। ਇਹਦੀ ਅਜੇ ਡਿਟੇਲਿੰਗ ਦੇ ਵਿੱਚ ਤੁਹਾਨੂੰ ਅਸੀਂ ਦੱਸਾਂਗੇ, ਫਿਰ ਵੀ ਜਿਹੜੀ ਹੈਗੀ ਹੈ ਤਾਂ ਅਸੀਂ ਜਦੋਂ ਡ੍ਰੌਪ ਟੈਸਟ ਕਰਾਇਆ ਤਾਂ ਇਹ ਵੀ ਪੋਜ਼ਿਟਿਵ ਆਈ ਸੀ। ਇਹ ਸਾਰੀ ਤੁਹਾਨੂੰ ਡਿਟੇਲਿੰਗ ਅਸੀਂ ਆਪਣੇ ਵੱਖਰੇ ਪ੍ਰੈਸ ਨੋਟ 'ਚ ਦੇ ਦੇਣ। ਹਾਂਜੀ, FIR ਦਰਜ ਕਰਕੇ ਉਹਨੂੰ ਅਦਾਲਤ 'ਚ 2 ਦਿਨ ਦਾ ਰਿਮਾਂਡ ਹੈ।